ਸਰ ਬਾਈ ਇਹ ਯੂਰਪ ਨਜ਼ਰ ਆਉਂਦਾ ਨਹੀਂ ਪਿਆ ਇਹ ਵੇਖੋ ਇੱਥੋਂ ਗੱਡੀ ਕ੍ਰਾਸ ਕਰੇਗੀ ਨਾ ਇੱਧਰ ਵੇਖੋ ਇਹ ਯੂਰਪ ਹੈ ਠੀਕ ਹੈ ਕਿ ਕਹਿੰਦੇ ਨੇ ਕਿ ਯੂਰਪ ਜਾਣਾ ਹੈ ਸਹੀ ਹੈ ਇਹ ਜਗ੍ਹਾ ਵੇਖ ਲਵੋ ਇਹ ਥੱਲੇ ਪਾਣੀ ਵੇਲੇ ਗੱਡੀ ਆਉਂਦੀ ਪਈ ਤੁਹਾਨੂੰ ਬਿਲਕੁਲ ਸ਼ੋਰਟ 'ਚ ਵਹਾਣਾ ਕਿ ਉਹ ਕ੍ਰਾਸ ਕਰਨ ਲੱਗੀ ਹੈ ਅੱਗੋਂ ਇਹ ਵੇਖੋ ਇਹ ਯੂਰਪ ਜੇ ਇੱਥੋਂ ਅਗਰ ਕੋਈ ਬੰਦਾ ਕ੍ਰਾਸ ਕਰਦਾ ਆਪਾਂ ਤਾਂ ਕੱਪੜੇ ਸਾਰੇ ਖਰਾਬ ਹੋ ਜਾਣਗੇ ਕਿਉਂਕਿ ਜਿਹੜੀ ਹਵਾ ਹੈ ਮੇਰੀ ਤਰਫ ਚੱਲਦੀ ਹੈ ਪੀ ਇਹ ਅੱਗੇ ਕਾਲਾ ਆਉਂਦਾ ਪਿਆ ਇਹ ਕੈਂਪ 'ਚ ਰਹਿੰਦੇ ਨੇ ਸਹੀ ਹੈ ਐਨੀ ਵੇ ਮੈਂ ਤੁਹਾਨੂੰ ਅਗਾਂਹ ਜਾ ਕੇ ਮਜ਼ੀਦ ਦੱਸਣਾ ਆ ਸਹੀ ਹੈ ਕਿ ਯੂਰਪ ਦੀ ਜ਼ਿੰਦਗੀ ਕਿਸ ਤਰ੍ਹਾਂ ਇਹ ਯੂਰਪ ਹੈ ਸਹੀ ਹੈ ਔਰ ਇਹ ਯੂਰਪ ਦਾ ਰੋਡ ਹੈ ਵੇਖੋ ਇਹ ਉਹ ਬੰਦੇ ਨੇ ਕਿ ਜਿਨ੍ਹਾਂ 'ਤੇ ਸਟੇਆਂ ਅਪਲਾਈ ਕੀਤੀਆਂ ਨੇ ਸਹੀ ਹੈ ਔਰ ਆਪਣੇ ਪੇਪਰਾਂ ਵਾਸਤੇ ਆਏ ਨੇ ਔਰ ਪਾਕ ਇਹ ਵੇਖ ਲਓ ਇਹ ਤੁਹਾਡੇ ਸਾਹਮਣੇ ਨਜ਼ਰ ਆਇਆ ਜੇ ਇਹ ਯੂਰਪ ਖਸਮਾਂ ਨੂੰ ਖਾਣਿਆਂ ਦਾ ਹੈ ਵੇਖੋ ਕਿਹੜੇ ਕਿਹੜੇ ਘਾਹ ਬੂਟੇ ਜੰਮੇ ਨੇ ਸਹੀ ਹੈ ਰੋਮਾ ਤੋਂ ਬਾਹਰ ਨਹੀਂ ਹੈ ਬਿਲਕੁਲ ਨਜ਼ਦੀਕ ਹੈ ਰੋਮਾ ਦੇ ਮੈਂ ਤੁਹਾਨੂੰ ਅਗਾਂਹ ਜਾ ਕੇ ਨਾ ਜਿੱਥੇ ਨਾਲ ਐਡਰੈਸ ਹੁੰਦਾ ਨਾ ਮੈਂ ਤੁਹਾਨੂੰ ਫੋਟੋ ਵਿਖਾਉਣਾ ਉਹ ਗੂਗਲ 'ਤੇ ਜਾ ਕੇ ਮੈਪਸ 'ਤੇ ਖੁਦ ਚੈੱਕ ਕਰ ਲਵਿਓ ਕਿ ਰੋਮ ਕੈਪੀਟਲ ਹੈ ਮੈਂ ਦੂਰ ਦੀ ਗੱਲ ਨਹੀਂ ਕਰ ਰਿਹਾ ਇਹ ਵੇਖ ਲਓ ਇਸ ਤਰ੍ਹਾਂ ਪਾਕਿਸਤਾਨ ਦੀ ਜ਼ਿੰਦਗੀ ਹੈ ਬੰਦੇ ਸਮਝਦੇ ਨੇ ਜੀ ਅਸੀਂ ਯੂਰਪ ਜਾਂਦੇ ਬੜੀ ਲਾਈਫ ਬਣ ਜਾਏਗੀ ਹੋਟਲ 'ਤੇ ਕੰਮ ਲੱਭ ਜਾਏਗਾ ਬੜੀਆਂ ਮੌਜਾਂ 'ਚ ਆਉਂਦੇ ਹੈ ਗੋਰੀਆਂ ਮਹਿਮਾਂ ਵੇਖਾਂਗੇ ਉਹ ਚੱਕਰ ਨਹੀਂ ਹੈ ਇਹ ਐਡਰੈਸ ਜੇ ਉੱਤੇ ਲਿਖੀਤੇ ਹੈ ਵੀਆ ਇਨੋ ਪੋਰੀਨੋ ਸਹੀ ਇਸ ਜਗ੍ਹਾ ਦਾ ਨਾਂ ਹੈ ਵੀਆ ਇਨੋ ਪੋਰੀਨੋ 500124 ਸਹੀ ਹੈ ਗੂਗਲ 'ਤੇ ਮਾਰੋਗੇ ਨਾ ਮੈਪ 'ਤੇ ਤਾਂ ਤੁਹਾਡੇ ਕੋਲ ਆ ਜਾਏਗੀ ਇਹ ਜਗ੍ਹਾ ਜਿੱਥੇ ਮੈਂ ਤੁਹਾਨੂੰ ਵਿਖਾ ਰਿਹਾ ਇਹ ਰੋਡ ਜੇ ਇਹ ਵੇਖੋ ਇਹ ਯੂਰਪ ਹੈ ਇਹ ਨਾਰਮ ਦੂਜਾ ਰੋਡ ਹੈ ਇਹ ਸੈਂਟਰ ਹੈ ਜਿੱਥੇ ਜ਼ੀਲ ਵਾਲੇ ਬੰਦੇ ਰਹਿੰਦੇ ਨੇ ਪਏ ਸਹੀ ਹੈ ਇਹ ਸਿਰਫ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਕਿ ਮੈਂ 2022 ਜਿਤਨੀ ਮੇਰੇ ਕੋਲ ਹੋ ਸਕਿਆ ਨਾ ਮੈਂ ਤੁਹਾਨੂੰ ਵਹਾਂਗਾ ਖੈਰ ਮੈਂ ਤੁਹਾਨੂੰ ਪਰਸਨਲ ਸੈਂਡ ਕਰਨਾ ਪਿਆ ਬਾਅਦ 'ਚ ਕੋਈ ਅੱਛੀ ਜਿਹੀ ਬਣਾ ਕੇ ਨਾ ਯੂਟਿਊਬ 'ਤੇ ਚਾੜਾਂ ਦੇ ਪ੍ਰੋਬਲਮ ਨਹੀਂ ਹੈ ਇਹ ਸੈਂਟਰ 'ਚ ਸਹੀ ਹੈ ਸ਼ਾਇਦ ਮੇਰਾ ਦੋਸਤ ਕੰਮ ਕਰਨ ਆਇਆ ਵੇ ਹਾਂਜੀ ਬਿਲਕੁਲ ਆਏ ਹੈ ਸਹੀ ਹੈ ਇਹ ਵੇਖ ਸਕਦੇ ਹੋ ਇਹਨਾਂ 'ਤੇ ਲਿਖੀ ਆਈ ਹੈ ਕਸ ਪੋਰੀਨੋ ਵੀਆ ਇਨੋ ਪੋਰੀਨੋ 500124 ਇਸ ਜਗ੍ਹਾ ਦਾ ਐਡਰੈਸ ਹੈ ਜਿੱਥੇ ਬੰਦੇ ਉਹ ਰਹਿੰਦੇ ਨੇ ਜਿਨ੍ਹਾਂ ਜ਼ੀਲਾਂ ਕੀਤੀਆਂ ਨੇ ਸਹੀ ਹੈ ਇਹੋ ਜਗ੍ਹਾ ਤੁਹਾਨੂੰ ਬਹੁਤ ਬੜੀ ਖੂਬਸੂਰਤ ਨਜ਼ਰ ਆ ਰਹੀ ਹੈ ਨਾ ਇਹ ਵੇਖੋ ਅਤੇ ਅੰਦਰ ਜਾ ਕੇ ਮੈਂ ਤੁਹਾਨੂੰ ਇਹਨਾਂ ਦੀ ਵੀਡੀਓ ਵਿਖਾਉਣਾ ਕਿ ਕਿਸ ਤਰ੍ਹਾਂ ਰਹਿੰਦੇ ਨੇ ਸਹੀ ਹੈ ਅੱਗੋਂ ਵੇਖ ਲਵਿਓ ਹਾਂਜੀ ਜ਼ਾਹਿਦ ਬਾਈ ਮੈਂ ਉਹਨਾਂ ਕੋਲ ਇਜਾਜ਼ਤ ਲੈ ਕੇ ਆ ਗਿਆ ਸਹੀ ਹੈ ਇਹ ਮੇਰਾ ਦੋਸਤ ਮੈਂ ਮਿਲਣਾ ਕਹਿੰਦੇ ਨੇ ਠੀਕ ਹੈ ਤੁਹਾਨੂੰ ਬਹੁਤ ਵੇਖੋ ਕੈਸਾ ਖੂਬਸੂਰਤ ਮੌਲ ਨਜ਼ਰ ਆ ਰਿਹਾ ਨਾ ਇਹ ਵੇਖੋ ਸਹੀ ਹੈ ਇਹ ਵੇਖ ਲਓ ਕਿੱਥੇ ਉਹ ਬੰਦੇ ਰਹਿੰਦੇ ਨੇ ਜਿਨ੍ਹਾਂ ਡਾਕੂਮੈਂਟਸ ਵਗੈਰਾ ਅਪਲਾਈ ਕੀਤੇ ਨੇ ਪਾਕਿਸਤਾਨੀ ਵੀ ਹੈ ਨੇ ਉਹਨਾਂ ਜ਼ਿਲ੍ਹਾ ਕੀਤੀਆਂ ਨੇ ਮੇਰਾ ਪਾਕਿਸਤਾਨੀ ਦੋਸਤ ਹੈ ਸੋ ਉਹਦੀ ਵਜ੍ਹਾ ਤੋਂ ਮੈਂ ਆਇਆ ਵੇਖ ਸਕਦੇ ਹੋ ਬੈਲ ਨਹੀਂ ਹੈ ਅਗਰ ਉਂਗਲੀ ਟੱਚ ਕਰੋਗੇ ਬਿਜਲੀ ਫੜ ਦੇ ਦੀ ਇਹ ਵੇਖੋ ਖਾਣਾ ਖਾਂਦੇ ਨੇ ਇੱਥੇ ਬੋਤਲਾਂ ਹੈ ਸ਼ਾਹਪੁਰ ਆ ਜੁੱਤੀਆਂ ਪਈਆਂ ਨੇ ਕਾਲਿਆਂ ਦੀਆਂ ਠੀਕ ਹੈ ਇਹ ਵੇਖ ਸਕਦੇ ਹੋ ਇਤਨੀ ਕੋ ਬਦਬੂ ਹੈ ਕਿ ਮੈਂ ਖਲੋ ਨਹੀਂ ਸਕਦਾ ਤੁਹਾਡੀ ਵਜ੍ਹਾ ਤੋਂ ਮੈਂ ਵੀਡੀਓ ਬਣਾ ਰਿਹਾ ਸਿਰਫ ਤੁਹਾਡੀ ਮੁਹੱਬਤ ਦੀ ਵਜ੍ਹਾ ਤੋਂ ਇਹ ਜੁੱਤੀਆਂ ਨੇ ਇਹ ਵੇਖ ਲਓ ਇਹ ਟੋਇਲਟ ਜੇ ਇਹ ਵੇਖ ਲਓ ਤੁਹਾਡੇ ਸਾਹਮਣੇ ਬਿਲਕੁਲ ਹਰਜ਼ਤ ਬਾਈ ਇਹ ਵੇਖ ਲਓ ਇਹ ਟੋਇਲਟ ਹੈ ਇਹ ਵੇਖੋ ਥੱਲੇ ਇੱਥੇ ਰਹਿੰਦੇ ਜੇ ਇਹ ਵੇਖ ਲਓ ਇਹ ਯੂਰਪ ਜੇ ਜਿੱਥੇ ਬੰਦੇ ਆਣ ਕੇ ਕਹਿੰਦੇ ਨੇ ਜੀ ਅਸੀਂ ਯੂਰਪ ਵਿੱਚ ਪੇਪਰ ਅਪਲਾਈ ਕੀਤੇ ਨੇ ਇਹ ਮੇਰੇ ਹੱਥ 'ਚ ਫੋਨ ਮੈਂ ਵੀਡੀਓ ਬਣਾਉਣਾ ਪਿਆ ਇਹ ਮੇਰਾ ਪਾਕਿਸਤਾਨੀ ਦੋਸਤ ਹੈ ਤੁਹਾਨੂੰ ਮੈਂ ਆਡੀਓ 'ਚ ਉਹਦਾ ਨਾਂ ਦੱਸਾਂਗਾ ਇਹ ਕਮਰਾ ਜਨਾਬ ਜਿੱਥੇ ਉਹ ਰਹਿੰਦਾ ਪਿਆ ਸਹੀ ਹੈ ਇਹ ਦੂਜਾ ਤਾਂ ਦੋਸਤ ਹੈ ਉਹਦੀ ਜਗ੍ਹਾ ਇਹ ਥੱਲੇ ਚਾਰਜਰ ਪਈ ਹੈ ਫੋਨ ਵਗੈਰਾ ਸਹੀ ਹੈ ਇਹ ਜੁੱਤੀਆਂ ਨੇ ਅਤੇ ਇਹ ਥੱਲੇ ਨਾਕਾਂ ਨਜ਼ਰ ਆਈਆਂ ਜੇ ਇਹ ਖਾ ਕੇ ਗੁਜ਼ਾਰਾ ਕਰਦੇ ਜੇ ਸਹੀ ਹੈ ਸ਼ਾਇਦ ਤੁਹਾਨੂੰ ਮੈਂ ਛੋਟੇ ਛੋਟੇ ਨਿਸ਼ਾਨ ਵਿਖਾ ਸਕਾਂ ਇਹ ਵੇਖ ਲਓ ਇਹ ਚਿੱਚੜ ਜਿਹਨੂੰ ਪਾਕਿਸਤਾਨ 'ਚ ਪੰਜਾਬੀ 'ਚ ਕਹਿੰਦੇ ਨੇ ਨਾ ਇਹ ਉਹ ਨੇ ਇਹ ਵੇਖ ਲਓ ਇਹਨਾਂ ਮਾਰ ਰਹੇ ਨੇ ਕਿਉਂਕਿ ਇੱਥੇ ਰਹਿੰਦੇ ਨੇ ਔਰ ਉਹਦੇ ਨਿਸ਼ਾਨ ਬਣੇ ਨੇ ਇਹ ਵੇਖ ਸਕਦੇ ਹੋ ਮੈਂ ਕੋਈ ਆਪਣੇ ਕੋਲੋਂ ਨਹੀਂ ਗੱਲ ਕਰਦਾ ਪਿਆ ਵੇਖ ਲਓ ਬੇਸ਼ੱਕ ਇਹ ਵੇਖ ਲਵੋ ਸਹੀ ਹੈ ਇਹ ਯੂਰਪ ਦੀ ਲਾਈਫ ਹੈ ਜਿੱਥੇ ਬੰਦੇ ਕਹਿੰਦੇ ਨੇ ਕਿ ਅਸੀਂ ਡਾਕੂਮੈਂਟ ਅਪਲਾਈ ਕੀਤੇ ਨੇ ਮੁੰਡਾ ਸਾਡਾ ਚੱਸ ਵਿੱਚ ਰਹਿੰਦਾ ਪਿਆ ਇਹ ਨਜ਼ਰ ਆਉਂਦਾ ਜੇ ਪਿਆ ਉਸ ਤੋਂ ਅੱਗੇ ਮਜ਼ੀਦ ਉੱਤੇ ਵੇਖੋ ਤੁਹਾਨੂੰ ਖੁਦ ਨਜ਼ਰ ਆਉਣਗੇ ਨਿਸ਼ਾਨ ਹੈ ਵੇਖ ਲਓ
ਮੈਂ ਥੋੜ੍ਹਾ ਜ਼ੂਮ ਕਰਨਾ, ਨਜ਼ਰ ਆਇਆ ਸਰ ਬਾਈ? ਐਂ ਵੇਖ ਲਵੋ, ਅਗਰ ਮੈਂ ਇੱਕ ਮਿੰਟ, ਇਹ ਗੱਦੇ 'ਚ ਜਿੱਥੇ ਉਹ ਸੌਂਦੇ ਨੇ, ਐਂ ਵੇਖ ਲਓ, ਐਂ ਵੇਖ ਸਕਦੇ ਹੋ, ਐਂ ਵੇਖੋ। ਹੈ ਸਰ ਬਾਈ, ਵੀਡੀਓ ਤੁਹਾਨੂੰ ਵੈਸੇ ਮੈਂ ਪਰਸਨਲ ਬਣਾ ਕੇ ਸੈਂਡ ਕਰ ਰਿਹਾ। ਇਹ ਬੰਦੇ ਨੇ ਜਿਹੜੇ ਇੱਥੇ ਰਹਿੰਦੇ ਨੇ ਪਏ, ਹਨ ਮੀਆਂ ਮੋਮੈਨ, ਬੰਗਲਾਦੇਸ਼, ਇਹ ਬੰਗਲਾਦੇਸ਼ ਤਾਂ ਠੀਕ ਹੈ, ਜਿਹੜਾ ਇੱਥੇ ਰਹਿੰਦਾ ਮੇਰੇ ਦੋਸਤ ਦੇ ਨਾਲ। ਇਹ ਵੇਖ ਲਓ, ਇਹ ਯੂਰਪ ਹੈ, ਕਹਿੰਦੇ ਨੇ ਕਿ ਸਾਡਾ ਮੁੰਡਾ ਯੂਰਪ ਵਿੱਚ ਗਿਆ, ਸਹੀ ਹੈ, ਬੜੀ ਚਸ ਲੈਂਦਾ ਇਹ। ਇਹ ਵੇਖੋ, ਰਾਤੀ ਸਾਰੀ ਉਹਨਾਂ ਨੂੰ ਮਾਰਦਿਆਂ ਇਹਨਾਂ ਦੀ ਰਾਤ ਗੁਜ਼ਰ ਜਾਂਦੀ ਹੈ, ਇਹ ਖੁਦ ਹਿਸਾਬ ਲਾ ਲਓ। ਲੇਕਿਨ ਮੈਂ ਤੁਹਾਨੂੰ ਪਰਸਨਲ ਸੈਂਡ ਕਰ ਰਿਹਾ, ਇਨਸ਼ਾਅੱਲਾ ਕੁਛ ਚੀਜ਼ ਬਣਾ ਕੇ ਨਾ ਯੂਟਿਊਬ 'ਤੇ ਫਿਰ ਅਪਲੋਡ ਕਰਾਂਗੇ। ਮੈਂ ਆਪਣੇ ਦੋਸਤ ਨੂੰ ਰਿਕੁਐਸਟ ਕੀਤੀ ਹੈ ਕਿ ਜਿਸ ਟਾਈਮ ਖਾਣਾ ਦੇਣਾ ਮੈਂ ਨਾ, ਅਤੇ ਉਹ ਫੂਡ ਵਹਾਈ ਜ਼ਰੂਰ, ਤੁਹਾਨੂੰ ਮੈਂ ਮਜ਼ੀਦ ਫੂਡ ਵੀ ਵਹਾਨਾ। ਹੈ ਵੇਖ ਲਓ ਅੰਦਰੋਂ ਇਸ ਬਿਲਡਿੰਗ ਦਾ ਕੀ ਹਾਲ ਹੈ, ਅਤੇ ਬਾਹਰੋਂ ਤੁਹਾਨੂੰ ਬਿਲਕੁਲ VIP ਨਜ਼ਰ ਆਵੇਗੀ, ਸਹੀ ਹੈ। ਔਰ ਉਸ ਤੋਂ ਬਾਅਦ ਇਹ ਵੇਖੋ, ਬਾਹਰ ਸ਼ਾਇਦ ਲਾਈਟ ਨਹੀਂ ਹੈ, ਮੈਂ ਆਪਣੇ ਫੋਨ ਦੀ ਵੀ ਲਾਈਟ ਆਨ ਕਰਨਾ ਭੁੱਲ ਗਿਆ, ਸੋਰੀ ਬ੍ਰਦਰ। ਇਹ ਵੇਖ ਲਓ ਜੁੱਤੀਆਂ ਨੇ, ਇਹ ਜੁੱਤੀਆਂ ਵੇਚ ਕੇ ਨਾ ਜਣੀਆਂ, 10 ਯੂਰੋ ਦੀਆਂ, 5 ਯੂਰੋ ਦੀਆਂ ਬਾਹਰ ਜਾ ਕੇ, ਸਹੀ ਹੈ। ਇਹ ਲੋਕ ਪੈਸੇ ਸੇਵ ਕਰਦੇ ਨੇ। ਇਹ ਵੇਖ ਲਓ ਸਾਰੀਆਂ ਉੱਤੇ ਜੁੱਤੀਆਂ ਹੀ ਨੇ, ਠੀਕ ਹੈ, ਸ਼ਾਇਦ ਲਾਈਟ ਨਹੀਂ ਹੈ, ਮੈਂ ਤੁਹਾਨੂੰ ਇਹ ਔਨ ਕਰਕੇ ਮੈਂ ਵੀਡੀਓ ਅਗੇਨ ਸੈਂਡ ਕਰਨਾ, ਠੀਕ ਹੈ। ਹਾਂਜੀ ਸਰ ਬਾਈ, ਹੁਣ ਤੁਸੀਂ ਡੀਟੇਲ ਨਾਲ ਵੇਖੋ ਕਿ ਇਹ ਵੇਖ ਲਓ ਇੱਥੇ ਕੱਪੜੇ ਧੋਂਦੇ ਨੇ। ਐਜ ਇਟਲੀ ਦੀ ਲਾਈਫ ਹੈ, ਸਹੀ ਹੈ, ਮੈਂ ਯੂਨਾਨ ਦੀ ਗੱਲ ਨਹੀਂ ਕਰ ਰਿਹਾ, ਯੂਨਾਨ ਕੇ ਇਨਸ਼ਾਅੱਲਾ ਤੁਹਾਨੂੰ ਵੀਡੀਓ ਬਣਾ ਕੇ ਭੇਜਾਂਗਾ। ਐ ਸਹੀ ਹੈ, ਇਹ ਬੋਤਲਾਂ ਵਗੈਰਾ, ਇਹਦੇ 'ਚ ਟੀ, ਇਹ ਵੇਖੋ ਇਹ ਯੂਰਪ ਹੈ, ਇਹ ਟੀ ਜਿਹੜੇ 'ਚ ਬਣਾ ਕੇ ਪੀਂਦੇ ਨੇ। ਇਹ ਖਾਣਾ ਲੱਭਦਾ ਜਨਾਬ ਇਹਨਾਂ ਨੂੰ, ਮਟਰ ਉਬਾਲੇ ਜਿਹੜੇ ਸੀ ਪਾਕਿਸਤਾਨ, ਹੁਣ ਮੈਂ ਕੀ ਆਖਾਂ, ਸਮਝ ਗਿਆ ਹੋਵਾਂਗੇ। ਇਹ ਟਮਾਟਰ ਨੇ, ਨਜ਼ਰ ਆ ਰਿਹਾ, ਇਹ ਵਿੱਚ ਪਾਣੀ ਹੈ ਸਾਰਾ, ਠੀਕ ਹੈ, ਕੋਈ ਸ਼ੋਰਾ ਨਹੀਂ ਹੈ, ਕੋਈ ਚੀਜ਼ ਨਹੀਂ ਹੈ। ਇਹ ਪਾਕਿਸਤਾਨੀਆਂ ਨੂੰ ਔਰ ਬੰਗਾਲੀਆਂ ਨੂੰ ਜਾਂ ਕਾਲੇ ਜਿਹੜੇ ਰਹਿੰਦੇ ਨੇ ਲਾਹੌਰ ਕੁਵਤ ਅੱਲਾ ਬਿੱਲਾ ਹਿਲਲੀ ਲਜ਼ੀਮ, ਉਹਨਾਂ ਦਾ ਫੂਡ ਹੈ। ਇਹ ਚਿਕਨ ਹੈ ਜਨਾਬ ਯੂਰਪ ਦਾ, ਅੱਲਾਹ ਅਕਬਰ, ਇਹ ਚਿਕਨ ਹੈ ਜਨਾਬ ਯੂਰਪ ਦਾ, ਇੱਕ ਮਿੰਟ ਹੁਣ ਨਜ਼ਰ ਆਵੇਗਾ ਸਰ ਬਾਈ। ਇਹ ਚਿਕਨ ਜੋ ਯੂਰਪ ਦਾ, ਸਹੀ ਹੈ, ਇਹ ਇਹਨਾਂ ਨੂੰ ਦਿੰਦੇ ਜੇ, ਸਹੀ ਹੈ, ਇੱਕ ਦਿਨ ਹੀ ਸਿਰਫ 2 ਟਾਈਮ ਰੋਟੀ ਦਿੰਦੇ ਨੇ, ਇਹ ਦਿੰਦੇ ਨੇ, ਅਤੇ ਇੱਕ ਇਹ ਬ੍ਰੈਡ ਹੈ, ਉਹ ਤੁਸੀਂ ਤੁਰਕੀ 'ਚ ਸੋਮੀ ਖਾ ਕੇ ਆ ਗਏ ਹੋਵੋਗੇ, ਠੀਕ ਹੈ, ਉਸ ਤੋਂ ਅੱਗੇ ਆ ਜਾਓ। ਇਹ ਜਿਹੜੇ ਬੂਟ ਨੇ ਨਾ ਪੇ, ਇਹ ਜਿਹੜੇ ਸਾਰੇ ਨਜ਼ਰ ਆ ਰਹੇ ਨੇ, ਇਹ ਜਿਹੜਾ ਛਾਪਰ ਹੈ, ਇਹ ਵੀ ਬੂਟ ਨੇ, ਥੱਲੇ ਵੀ ਬੂਟ ਨੇ, ਠੀਕ ਹੈ, ਇਹ ਵੀ ਬੂਟ ਨੇ, ਇਹ ਵੇਖ ਸਕਦੇ ਹੋ, ਇਹ ਵੀ ਸਾਰੇ ਬੂਟ ਨੇ, ਸਹੀ ਹੈ। ਇਹ ਜਿਹੜੇ ਬੰਦੇ ਇੱਥੇ ਰਹਿੰਦੇ ਨੇ, ਉਹਨਾਂ ਕੋਲ ਪੈਸੇ ਨਹੀਂ ਹਨ ਖਾਣ ਜੋਏ, ਇਹ ਬਾਹਰ ਜੁੱਤੀਆਂ ਜਾ ਕੇ ਵੇਚਦੇ ਜੇ, ਆਪਣੇ ਸਾਡੇ ਮੁਲਕ ਦੇ ਔਰ ਕਾਲੇ, ਸਹੀ ਹੈ, ਸਿਰਫ 4 ਪੈਸੇ ਕਮਾਉਣ ਵਾਸਤੇ। ਇਹਦਾ ਤਾਂ ਤੁਹਾਨੂੰ ਪਤਾ ਹੀ ਹੋਣਾ ਨਾ, ਜੁੱਤੀਆਂ 'ਚ ਰੱਖਣ ਵਾਲਾ ਹੈ, ਸਹੀ ਹੈ। ਇਹ ਯੂਰਪ ਦੀ ਜ਼ਿੰਦਗੀ ਹੈ, ਅਤੇ ਬਾਹਰੋਂ ਵੇਖੋ ਕੈਸਾ ਬਿਹਤਰੀਨ ਮਾਹੌਲ ਤੁਹਾਨੂੰ ਲੱਭੇਗਾ ਜੀ, ਉਹ ਬਹੁਤ ਅੱਛੀ ਪੁਜ਼ੀਸ਼ਨ 'ਚ ਰਹਿ ਰਹੇ ਨੇ। ਔਰ ਪਾਕਿਸਤਾਨ ਵਾਲੇ ਕਹਿੰਦੇ ਨੇ ਕਿ ਸਾਡਾ ਮੁੰਡਾ ਯੂਰਪ ਵਿੱਚ, ਇਹ ਯੂਰਪ ਜੇ, ਇਹ ਯੂਰਪ ਦੀ ਜ਼ਿੰਦਗੀ ਹੈ। ਔਰ ਇਨਸ਼ਾਅੱਲਾ ਜਿਸ ਟਾਈਮ ਖਾਣਾ ਦਿੱਤਾ ਨੇ, ਮੈਂ ਤੁਹਾਨੂੰ ਵੀ ਲਾਈਵ ਵਹਾਂਗਾ।